ਸਰਬਜੀਤ ਕੌਰ ਪਤਨੀ ਜਸਪ੍ਰੀਤ ਸਿੰਘ ਵਾਸੀ ਢਿੱਲਵਾਂ, ਹੁਣ ਉਹ ਖੋਖਰਾਂ ਵਾਲੇ ਮਹੱਲੇ ਗਲੀ ਨੰਬਰ 3 ਦੇ ਰਹਿੰਦੇ ਨੇ। ਇਹਨਾਂ ਦੇ ਛੋਟੇ 3 ਬੱਚੇ ਸੀਗੇ। ਇਹ ਸਰਬਜੀਤ ਕੌਰ ਹੈ ਜਿਹੜੀ, ਸ਼ਾਇਦ ਇਹਦਾ ਘਰਵਾਲਾ ਇਹਦੇ ਨਾਲ ਨਹੀਂ ਰਹਿੰਦਾ, ਅਲੱਗ ਰਹਿੰਦਾ, ਆਪਸੀ ਸੰਬੰਧ ਪਤਾ ਨਹੀਂ ਕਿਸ ਤਰ੍ਹਾਂ ਨੇ। ਇਹ ਔਰਤ ਜਿਹੜੀ ਹੈ ਥੋੜ੍ਹਾ ਗਰੀਬੀ ਕਰਕੇ ਇਹਨੇ ਬੱਚਿਆਂ ਨੂੰ ਉੱਥੇ ਬਿਠਾ ਤਾ, ਆਪ ਕਿਸੇ ਕੰਮ ਵਗੈਰਾ 'ਚ ਗਈ ਹੋਈ ਸੀ। ਸੋ ਸਾਡੀ ਪੁਲਿਸ ਪਾਰਟੀ ਜਿਹੜੀ ਪੈਟਰੋਲਿੰਗ PCR ਪਾਰਟੀ ਚੱਲਦੀ ਹੈ, ਉਹਨਾਂ ਨੇ ਜਦੋਂ ਬੱਚਿਆਂ ਨੂੰ ਦੇਖਿਆ ਤਾਂ ਉਹਨਾਂ ਨੇ ਫਿਰ ਇਹਦੀ ਮਾਤਾ ਨੂੰ ਤਲਾਸ਼ ਕੇ ਇਹਦੇ ਘਰ ਜਾ ਕੇ ਬੱਚਿਆਂ ਨੂੰ ਜਿਹੜਾ ਉਹਦੇ ਸਪੁਰਦ ਕਰਤਾ ਸੀ। ਔਰ ਉਹਦੀ ਹਾਲਾਤਾਂ ਨੂੰ ਦੇਖਦੇ ਹੋਏ CDPO ਫਰੀਦਕੋਟ ਨਾਲ ਬੱਚਿਆਂ ਦੀ ਅਤੇ ਉਹਦੀ ਹੈਲਪ ਵਾਸਤੇ ਕੰਟੈਕਟ ਕਰਾਤਾ ਸੀ, ਜਿਨ੍ਹਾਂ ਨੇ ਉਹਨਾਂ ਨੂੰ ਰਿਕਾਰਡ ਮੰਗ ਲਿਆ ਹੈਗਾ ਕਿ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ। ਸਰ, ਇੱਕ ਆਰਥਿਕ ਤੰਗੀ ਦਾ ਹਵਾਲਾ ਦਿੱਤਾ ਗਿਆ ਸੀ ਮਾਤਾ ਨੂੰ ਕਿ ਆਰਥਿਕ ਤੰਗੀ ਦੇ ਚੱਲਦੇ ਬੱਚਿਆਂ ਨੂੰ ਖੋਜ ਛੱਡਿਆ ਗਿਆ ਸੀ। ਇਸ ਤਰ੍ਹਾਂ ਦੀ ਕੋਈ ਬਹੁਤੀ ਨਹੀਂ ਹੈ, ਇਹ ਮਾਮੂਲੀ ਦਿਸ ਰਿਹਾ ਹੈਗਾ ਕਿ ਜਿਹੜੀ ਔਰਤ ਇਕੱਲੀ ਹੈ ਉਹ ਕਿਸੇ ਕੰਮ ਦੀ ਮਜਬੂਰੀ ਦੀ ਹਾਲਤ ਕਿਸੇ ਕੰਮ ਵਗੈਰਾ ਦੀ ਭਾਲ ਗਈ ਹੋਏਗੀ। ਹੋ ਸਕਦਾ ਹੈ ਬੱਚੇ ਉਹਨੇ ਉੱਥੇ ਬਿਠਾਤੇ ਹੋ, ਪਰ ਜਿਹੜਾ ਉਹਨੂੰ ਜਿਹੜਾ ਬਿਲਕੁਲ ਛੱਡ ਦੇਣ ਵਾਲੀ ਗੱਲ ਨਹੀਂ ਉਹਨੇ ਕਹੀ, ਉਹ ਉਹਨੇ ਦੱਸਿਆ ਕਿ ਮੈਂ ਮੇਰੇ ਕੋਲ ਆਰਥ ਹਾਲਾਤ ਠੀਕ ਨਾ ਹੋਣ ਕਰਕੇ ਮੈਂ ਕੰਮ ਵਗੈਰਾ 'ਚ ਗਈ ਸੀ, ਇਸ ਕਰਕੇ ਬੱਚੇ ਇਕੱਲੇ ਰਹਿ ਗਏ ਸੀ। ਸਰਬਜੀਤ ਕੌਰ ਪਤਨੀ ਜਸਪ੍ਰੀਤ ਸਿੰਘ ਵਾਸੀ ਢਿੱਲਵਾਂ, ਹੁਣ ਉਹ ਖੋਖਰਾਂ ਵਾਲੇ ਮਹੱਲੇ ਗਲੀ ਨੰਬਰ 3 ਦੇ ਰਹਿੰਦੇ ਨੇ। ਇਹਨਾਂ ਦੇ ਛੋਟੇ 3 ਬੱਚੇ ਸੀਗੇ। ਇਹ ਸਰਬਜੀਤ ਕੌਰ ਹੈ ਜਿਹੜੀ, ਸ਼ਾਇਦ ਇਹਦਾ ਘਰਵਾਲਾ ਇਹਦੇ ਨਾਲ ਨਹੀਂ ਰਹਿੰਦਾ, ਅਲੱਗ ਰਹਿੰਦਾ, ਆਪਸੀ ਸੰਬੰਧ ਪਤਾ ਨਹੀਂ ਕਿਸ ਤਰ੍ਹਾਂ ਨੇ। ਇਹ ਔਰਤ ਜਿਹੜੀ ਹੈ ਥੋੜ੍ਹਾ ਗਰੀਬੀ ਕਰਕੇ ਇਹਨੇ ਬੱਚਿਆਂ ਨੂੰ ਉੱਥੇ ਬਿਠਾ ਤਾ, ਆਪ ਕਿਸੇ ਕੰਮ ਵਗੈਰਾ 'ਚ ਗਈ ਹੋਈ ਸੀ। ਸੋ ਸਾਡੀ ਪੁਲਿਸ ਪਾਰਟੀ ਜਿਹੜੀ ਪੈਟਰੋਲਿੰਗ PCR ਪਾਰਟੀ ਚੱਲਦੀ ਹੈ, ਉਹਨਾਂ ਨੇ ਜਦੋਂ ਬੱਚਿਆਂ ਨੂੰ ਦੇਖਿਆ ਤਾਂ ਉਹਨਾਂ ਨੇ ਫਿਰ ਇਹਦੀ ਮਾਤਾ ਨੂੰ ਤਲਾਸ਼ ਕੇ ਇਹਦੇ ਘਰ ਜਾ ਕੇ ਬੱਚਿਆਂ ਨੂੰ ਜਿਹੜਾ ਉਹਦੇ ਸਪੁਰਦ ਕਰਤਾ ਸੀ। ਔਰ ਉਹਦੀ ਹਾਲਾਤਾਂ ਨੂੰ ਦੇਖਦੇ ਹੋਏ CDPO ਫਰੀਦਕੋਟ ਨਾਲ ਬੱਚਿਆਂ ਦੀ ਅਤੇ ਉਹਦੀ ਹੈਲਪ ਵਾਸਤੇ ਕੰਟੈਕਟ ਕਰਾਤਾ ਸੀ, ਜਿਨ੍ਹਾਂ ਨੇ ਉਹਨਾਂ ਨੂੰ ਰਿਕਾਰਡ ਮੰਗ ਲਿਆ ਹੈਗਾ ਕਿ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ। ਸਰ, ਇੱਕ ਆਰਥਿਕ ਤੰਗੀ ਦਾ ਹਵਾਲਾ ਦਿੱਤਾ ਗਿਆ ਸੀ ਮਾਤਾ ਨੂੰ ਕਿ ਆਰਥਿਕ ਤੰਗੀ ਦੇ ਚੱਲਦੇ ਬੱਚਿਆਂ ਨੂੰ ਖੋਜ ਛੱਡਿਆ ਗਿਆ ਸੀ। ਇਸ ਤਰ੍ਹਾਂ ਦੀ ਕੋਈ ਬਹੁਤੀ ਨਹੀਂ ਹੈ, ਇਹ ਮਾਮੂਲੀ ਦਿਸ ਰਿਹਾ ਹੈਗਾ ਕਿ ਜਿਹੜੀ ਔਰਤ ਇਕੱਲੀ ਹੈ ਉਹ ਕਿਸੇ ਕੰਮ ਦੀ ਮਜਬੂਰੀ ਦੀ ਹਾਲਤ ਕਿਸੇ ਕੰਮ ਵਗੈਰਾ ਦੀ ਭਾਲ ਗਈ ਹੋਏਗੀ। ਹੋ ਸਕਦਾ ਹੈ ਬੱਚੇ ਉਹਨੇ ਉੱਥੇ ਬਿਠਾਤੇ ਹੋ, ਪਰ ਜਿਹੜਾ ਉਹਨੂੰ ਜਿਹੜਾ ਬਿਲਕੁਲ ਛੱਡ ਦੇਣ ਵਾਲੀ ਗੱਲ ਨਹੀਂ ਉਹਨੇ ਕਹੀ, ਉਹ ਉਹਨੇ ਦੱਸਿਆ ਕਿ ਮੈਂ ਮੇਰੇ ਕੋਲ ਆਰਥ ਹਾਲਾਤ ਠੀਕ ਨਾ ਹੋਣ ਕਰਕੇ ਮੈਂ ਕੰਮ ਵਗੈਰਾ 'ਚ ਗਈ ਸੀ, ਇਸ ਕਰਕੇ ਬੱਚੇ ਇਕੱਲੇ ਰਹਿ ਗਏ ਸੀ।